ਜਲੰਧਰ ਰੂਰਲ ਦੇ ਐਸਐਸਪੀ ਨਵਜੋਤ ਮਾਹਲ ਅਤੇ ਡੀਸੀ ਜਲੰਧਰ ਵਰਿੰਦਰ ਸ਼ਰਮਾ ਦੇ ਵੱਲੋਂ ਅੱਜ ਨਕੋਦਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਉਹਨਾਂ ਦੇ ਵੱਲੋਂ ਲੋਕਾਂ ਨੂੰ ਸਮਝਾਇਆ ਵੀ ਗਿਆ ਕਿ ਕਰਫਿਊ ਦੀ ਪਾਲਣਾ ਕਰੋ ਅਤੇ ਆਪਣੇ ਘਰਾਂ ਦੇ ਅੰਦਰ ਰਹਿ ਕੇ ਹੀ ਕੋਰੋਨਾ ਵਾਇਰਸ ਤੋਂ ਇਤਿਹਾਦ ਵਰਤੋ। ਇਸ ਦੌਰਾਨ ਅਧਿਕਾਰੀਆਂ ਦੇ ਵੱਲੋਂ ਡਰੋਨ ਦੇ ਜ਼ਰੀਏ ਵੀ ਜੋ ਨਿਗਾਹ ਕਰਫਿਊ ਦੀ ਉਲੰਘਣਾ ਕਰਨ ਵੱਲ ਰੱਖੀ ਜਾ ਰਹੀ ਹੈ ਉਸ ਦਾ ਵੀ ਜ਼ਿਕਰ ਕੀਤਾ ਗਿਆ। ਐਸਐਸਪੀ ਨਵਜੋਤ ਮਾਲ ਦੇ ਵੱਲੋਂ ਦੱਸਿਆ ਗਿਆ ਕਿ ਜਲੰਧਰ ਪੁਲਿਸ ਦੇ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਡਰੋਨ ਦੇ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ ਤੇ ਡਰੋਨ ਦੇ ਰਾਹੀਂ ਜੋ ਲੋਕ ਕਰਫਿਊ ਦੀ ਉਲੰਘਣਾ ਕਰਦੇ ਪਾਏ ਗਏ ਨੇ ਉਹਨਾਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ਨੇ। ਕਿ ਇਹ ਸਾਰੇ ਅੰਦਰ ਰਹਿਣ, ਉੱਥੇ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੂੰਗਾ ਕਿ ਹੁਣ ਇੱਕ ਅਸੀਂ ਇੱਕ ਨਵਾਂ ਤਰੀਕਾ ਚਾਲੂ ਕੀਤਾ ਜਿਸ ਦੇ ਨਾਲ ਅਸੀਂ ਜੇ ਕੋਈ ਬਾਹਰ ਵਾਇਲੇਟ ਕਰਦਾ ਕਰਫਿਊ ਨੂੰ ਤਾਂ ਉਸਦੇ ਖਿਲਾਫ ਕਾਰਵਾਈ ਕਰ ਸਕਦੇ। ਸ਼ਹਿਰ ਦੇ ਵਿੱਚ ਅਸੀਂ ਡਰੋਨਸ ਨਾਲ ਲੋਕਾਂ 'ਤੇ ਅੱਖ ਰੱਖ ਰਹੇ, ਜੇ ਕੋਈ ਵੀ ਬੰਦਾ ਕਰਫਿਊ ਨੂੰ ਵਾਇਲੇਟ ਕਰਦਾ ਤਾਂ ਫਿਰ ਉਹਦੇ ਖਿਲਾਫ ਕਾਰਵਾਈ ਡਰੋਨ ਤੋਂ ਵੇਖ ਕੇ ਅਸੀਂ ਕਰ ਰਹੇ। ਮੈਂ ਦੱਸਣਾ ਚਾਹੂੰਗਾ ਇੱਥੇ ਕੱਲ੍ਹ ਅਸੀਂ 3 ਪਰਚੇ ਇੱਥੇ ਹੀ ਦਿੱਤੇ ਸੀਗੇ ਨਕੋਦਰ ਦੇ ਵਿੱਚ, ਇਸੇ ਤਰੀਕੇ ਨਾਲ 2 ਪਰਚੇ ਅਸੀਂ ਕਰਤਾਰਪੁਰ 'ਚ ਦਿੱਤੇ ਸੀ ਅਤੇ 2 ਪਰਚੇ ਅਸੀਂ ਕੱਲ੍ਹ ਡਰੋਨਾਂ ਦੀ ਮਦਦ ਨਾਲ ਆਦਮਪੁਰ ਏਰੀਏ ਦੇ ਵਿੱਚ ਦਿੱਤੇ ਸੀ। ਅਤੇ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਅੰਦਰ ਰਹਿਣ। ਇਹ ਜਿਹੜੀ ਬਿਮਾਰੀ ਹੈ ਇਹ ਸਿਰਫ ਅੰਦਰ ਰਹਿ ਹੀ ਮੁੱਕ ਸਕਦੀ ਹੈ, ਇਹ ਬੰਦੇ ਦੇ ਨਾਲ ਹੀ ਤੁਰਦੀ ਹੈ। ਜੇ ਬੰਦਾ ਕਿਤੇ ਬਾਹਰ ਅੰਦਰ ਨਹੀਂ ਜਾਂਦਾ ਤੇ ਜੇ ਕਿਸੇ ਨੂੰ ਕੋਰੋਨਾ ਵਾਇਰਸ ਹੈ ਵੀ ਹੈ ਤੇ ਉੱਥੇ ਹੀ ਖਤਮ ਹੋ ਜਾਂਦਾ। ਉਧਰ ਜਲੰਧਰ ਦੇ ਟੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਪ੍ਰਸ਼ਾਸਨ ਦੇ ਵੱਲੋਂ ਹਰ ਲੋੜ ਦੀ ਚੀਜ਼ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਲਈ ਜੇਕਰ ਲੋਕ ਸਹਿਯੋਗ ਦੇਣ ਤਾਂ ਕੋਰੋਨਾ ਦੇ ਖਿਲਾਫ ਜੰਗ ਨੂੰ ਜਿੱਤਿਆ ਜਾ ਸਕਦਾ ਹੈ। ਜਿਸ ਤੋਂ ਬਚਾਅ ਦਾ ਇੱਕੋ ਇੱਕ ਕਾਰਗਰ ਤਰੀਕਾ ਹੈ ਕਿ ਆਪਣੇ ਘਰਾਂ ਦੇ ਅੰਦਰ ਰਹੋ ਅਤੇ ਕਰਫਿਊ ਦੀ ਉਲੰਘਣਾ ਨਾ ਕਰੋ। ਮਹਾਮਾਰੀ ਕੋਰੋਨਾ ਤੋਂ ਬਚਣ ਲਈ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਔਰ PM ਸਾਹਿਬ ਵੱਲੋਂ ਬੜੇ ਲੋਕ ਹਿੱਤ ਦੇ ਵਿੱਚ, ਦੇਸ਼ ਹਿੱਤ ਦੇ ਵਿੱਚ, ਪੰਜਾਬ ਹਿੱਤ ਦੇ ਵਿੱਚ ਜਿਹੜਾ ਹੈਗਾ ਬੜੀ ਦੂਰਦਰਸ਼ਤਾ ਨਾਲ ਕਰਫਿਊ ਜਿਹੜਾ ਹੈ 22 ਤਰੀਕ ਤੋਂ ਲਾਇਆ ਹੈ। ਮੈਂ ਨਕੋਦਰ ਦੇ ਲੋਕਾਂ ਦਾ ਔਰ ਜਲੰਧਰ ਦੇ ਲੋਕਾਂ ਦਾ ਧੰਨਵਾਦੀ ਹਾਂ ਕਿ ਉਹ ਬੜੀ ਅੱਛੀ ਕੰਪਲਾਇੰਸ ਕਰ ਰਹੇ ਨੇ। ਅੱਜ ਮੈਂ ਅਤੇ SSP ਦਾ ਨਵਜੋਤ ਮਾਲ ਸਾਹਿਬ ਅਸੀਂ ਇੱਥੇ ਜਿਹੜਾ ਹੈਗਾ ਫਲੈਗ ਮਾਰਚ ਕਰਵਾਇਆ ਔਰ ਕੰਪਲਾਇੰਸ ਰੇਟ ਬਹੁਤ ਅੱਛਾ ਹੈ। ਲੋਕਾਂ ਨੂੰ ਬੇਨਤੀ ਹੈ ਕਿ ਆਪਦੇ ਘਰਾਂ 'ਚ ਰਹੋ। ਪੁਲਿਸ, ਹੈਲਥ ਮੁਲਾਜ਼ਮ ਅਤੇ ਹੋਰ ਮਹਿਕਮਿਆਂ ਦੇ ਜਿਹੜੇ ਮੁਲਾਜ਼ਮ ਨੇ, ਸੈਨੀਟੇਸ਼ਨ ਵਗੈਰਾ ਵਾਲੇ, ਸਾਰੇ ਤੁਹਾਡੇ ਘਰਾਂ 'ਚ ਰਹਿਣ ਲਈ ਔਰ ਤੁਹਾਡੀ ਬਿਮਾਰੀ ਤੋਂ ਬਚਣ ਲਈ ਮਿਹਨਤ ਕਰ ਰਹੇ ਹੈ। ਇਹ ਬਿਮਾਰੀ ਤੁਰ ਕੇ ਤੁਹਾਡੇ ਘਰਾਂ 'ਚ ਨਹੀਂ ਆਉਂਦੀ, ਤੁਸੀਂ ਤੁਰ ਕੇ ਬਿਮਾਰੀ ਤੱਕ ਜਾਂਦੇ ਹੋ। ਇਹ ਤੁਹਾਡੇ ਲੋਕ ਹਿੱਤ 'ਚ ਹੈਗੀ ਹੈ ਔਰ ਜਿੰਨੇ ਅੱਛੇ ਤਰੀਕੇ ਨਾਲ ਹੁਣ ਤੱਕ ਤੁਸੀਂ ਤਹੱਮਲ ਬਣਾ ਕੇ ਰੱਖਿਆ ਇੱਦਾਂ ਹੀ ਬਣਾ ਕੇ ਰੱਖੋ। ਜ਼ਰੂਰੀ ਸੇਵਾਵਾਂ ਜਿੰਨੀਆਂ ਵੀ ਹੈਗੀਆਂ ਨੇ ਉਹਦੇ ਲਈ, ਜਿਵੇਂ ਦੁੱਧ ਹੋ ਗਿਆ, ਸਬਜ਼ੀਆਂ ਹੋ ਗਈਆਂ, ਕੋਈ ਅਨਾਜ ਹੋ ਗਏ, ਉਹਦੀ ਅਸੀਂ ਪੂਰੀ ਸਪਲਾਈ ਚੇਨ ਬਣਾਈ ਹੈ। ਔਰ ਜੇ ਕਿਤੇ ਕੋਈ ਕਿਸੇ ਨੂੰ ਤਕਲੀਫ ਵੀ ਹੈ ਉਹਦੇ ਅਸੀਂ ਹੈਲਪਲਾਈਨ ਨੰਬਰ ਦਿੱਤੇ ਆ, ਉਹਨਾਂ ਤੇ ਫੋਨ ਕਰੋ, ਅਸੀਂ ਤੁਹਾਡੇ ਤੱਕ ਗੱਲ ਪਹੁੰਚਾਵਾਂਗੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।